ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਗ ਗਿਆ ਹੈ। ਆਮ ਆਦਮੀ ਪਾਰਟੀ ਯਾਨੀ ਕਿ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਜ਼ਿਮਨੀ ਚੋਣ ਦੇ ਲਈ ਸੋਮਵਾਰ ਨੂੰ ਆਪ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਅੱਜ ਜਲੰਧਰ ਜ਼ਿਮਨੀ ਚੋਣ ਜਿਹੜੀ ਹੋ ਰਹੀ ਹੈ ਲੋਕ ਸਭਾ ਦੀ, ਉਹਦੇ ਲਈ ਸਾਡੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਆਪਣੇ ਕਾਗਜ਼ ਦਾਖਲ ਕੀਤੇ ਨੇ, ਕਾਗਜ਼ ਭਰੇ ਨੇ, ਔਰ ਸਾਨੂੰ ਉਮੀਦ ਹੈ ਕਿ ਜਲੰਧਰ ਦੇ ਜਿਹੜੇ ਵੋਟਰ ਨੇ ਉਹ ਇਸ ਵਾਰ ਇੱਕ ਨਵਾਂ ਇਤਿਹਾਸ ਲਿਖਣਗੇ, ਇੱਕ ਨਵੀਂ ਕਹਾਣੀ ਲਿਖਣਗੇ ਅਤੇ ਆਮ ਆਦਮੀ ਪਾਰਟੀ ਦੀ ਝੋਲੀਏ ਸੀਟ ਪਾ ਕੇ ਲੋਕ ਸਭਾ 'ਚ ਆਪਣਾ ਉਮੀਦਵਾਰ ਭੇਜਣਗੇ। ਲੋਕ ਸਭਾ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਿੱਤ ਕੇ ਜਦੋਂ ਜਾਊਗਾ ਤਾਂ ਉਹ ਜਿੱਥੋਂ ਜਲੰਧਰ ਦੀ ਆਵਾਜ਼ ਬਣੂਗਾ ਨਾਲ ਨਾਲ ਪੂਰੇ ਪੰਜਾਬ ਦੀ ਆਵਾਜ਼ ਜਿਹੜੀ ਹੈ, ਉੱਥੇ ਪ੍ਰਧਾਨ ਮੰਤਰੀ ਜੀ ਵੀ ਬਹਿੰਦੇ ਨੇ, ਉੱਥੇ ਸਾਰੇ ਲਾਅ ਮੇਕਰਸ ਬਹਿੰਦੇ ਨੇ, ਅਸੀਂ ਪੰਜਾਬ ਦੇ ਹੱਕਾਂ ਦੀ ਉੱਥੇ ਗੱਲ ਕਰਾਵਾਂਗੇ। ਔਰ ਰਾਸ਼ਟਰੀ ਪਾਰਟੀ ਬਣਨ ਤੋਂ ਬਾਅਦ, ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਜਲੰਧਰ ਦੀ ਬਾਈ ਇਲੈਕਸ਼ਨ ਸਾਡੀ ਪਹਿਲੀ ਇਲੈਕਸ਼ਨ ਹੈ, ਸੋ ਅਸੀਂ ਪਹਿਲੀ ਇਲੈਕਸ਼ਨ ਲੜ ਰਹੇ ਹਾਂ ਰਾਸ਼ਟਰੀ ਪਾਰਟੀ ਬਣਨ ਤੋਂ ਬਾਅਦ, ਔਰ ਸਾਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਸ ਵਾਰ ਕਾਰਡ ਤੋੜ ਜਿੱਤ ਹਾਸਲ ਕਰੂਗੀ ਜਲੰਧਰ ਤੋਂ। ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ ਦੇ ਵਿੱਚ ਰੋਡ ਸ਼ੋਅ ਕੀਤਾ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ਇਕੱਠੇ ਹੋ ਕੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ। ਇਸ ਰੋਡ ਸ਼ੋਅ ਦੇ ਵਿੱਚ ਸੀਐਮ ਮਾਨ ਅਤੇ ਉਮੀਦਵਾਰ ਰਿੰਕੂ ਦੇ ਨਾਲ ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ, ਵਿਧਾਇਕ ਬਲਕਾਰ ਸਿੰਘ, ਨਿਦੇਸ਼ ਟਲ ਅਤੇ ਰਾਜਵਿੰਦਰ ਕੌਰ ਖਿਆੜਾ ਵੀ ਹਾਜ਼ਰ ਰਹੇ। ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਨੂੰ ਵੋਟ ਨਾ ਪਾਉਣ ਅਤੇ ਲੋਕ ਪੱਖੀ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਅਸੀਂ ਤਾਂ ਮੋਢੇ ਵਰਗੇ ਆ, ਮੋਢੇ ਵਰਗੇ ਚ ਰਹਿੰਦੇ ਆ, ਇੱਥੇ ਹੀ ਰਹਿਣਾ ਹੈ। ਇਹ ਆਉਦੇ ਇਹ ਪਦਵੀਆਂ ਇਹ ਤੁਸੀਂ ਦਿੰਦੇ ਹੋ, ਇਹ ਲੋਕਾਂ ਦੀ ਪ੍ਰਾਪਰਟੀ ਹੈ, ਇਹ ਸਾਰਾ ਕੁਛ। ਸੋ ਲੋਕ ਜਿੰਨਾ ਚਿਰ ਤਾਂ ਭਾਈ ਮੇਰਾ ਪੈਣ ਜਾਂ ਮੇਰੇ ਸਾਥੀਆਂ ਦੇ ਪੈਣ ਤੁਹਾਡੇ ਹੱਕ 'ਚ ਫੈਸਲੇ ਕਰਦੇ ਰਹਿਣਗੇ, ਉਹਨਾਂ ਚਿਰ ਸਾਡੇ ਕੋਲ ਆਉਂਦੇ ਰਹਿਣਗੇ, ਗੱਡੀਆਂ ਕਾਰਾਂ ਰਹਿਣਗੀਆਂ। ਜੇ ਅਸੀਂ ਉਹ ਪੈਨ ਜਿਹੜਾ ਆਪਦੇ ਜੇਲੇ ਚਪਟਿਆਂ 'ਤੇ ਜਾਂ ਆਪਦੇ ਰਿਸ਼ਤੇਦਾਰਾਂ ਦੇ ਹੱਕ 'ਚ ਚਲਾਉਣ ਲੱਗ ਗਏ, ਉਹ ਪੈਨ ਸਾਥੋਂ ਲੈ ਕੇ ਕਿਸੇ ਹੋਰ ਨੂੰ ਦੇ ਦਿਉਂਗੇ ਜਿਵੇਂ ਹੋਰ ਤੋਂ ਲੈ ਕੇ ਸਾਨੂੰ ਦਿੱਤਾ, ਅਸੀਂ ਹੋਊਗਾ ਫਿਰ। ਸੋ ਅਸੀਂ ਤਾਂ ਇਹ ਗੱਲ ਰੱਖ ਰਹੇ ਦਿਮਾਗ 'ਚ ਕਿ ਲੋਕ ਵੱਡੇ ਨੇ, ਪਰਮਾਤਮਾ ਫਲ ਬਖਸ਼ੇ, ਹਰ ਰੋਜ਼ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਕਰੀਏ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵੱਡੇ ਵੱਡੇ ਫੈਸਲੇ ਸੁਣਨ ਨੂੰ ਮਿਲਣਗੇ, ਜਿਹਦਾ ਤੁਹਾਡੇ ਕਾਰਜੇ ਨੂੰ ਠੰਡ ਪਊਗੀ। ਕਾਰਜ ਨੂੰ ਠੰਡ ਪੈਣ ਵਾਲੇ ਫੈਸਲੇ ਨੇ ਦੋ ਤਿੰਨ, ਮੈਂ ਹਜੇ ਅੱਜ ਨਹੀਂ ਦੱਸਣੇ, ਬਸ ਦੋ ਚਾਰ ਦਿਨ ਠਹਿ ਜਾਓ, ਜਦੋਂ ਬੁਲਡੋਜ਼ਰ ਤੁਰੇ ਨਾ ਕਲੱਚ ਛੱਡਿਆ ਬੁਲਡੋਜ਼ਰ ਦਾ ਉਹਨੂੰ ਪਤਾ। ਅਸੀਂ ਕੰਮ ਪੱਕੇ ਪੈਰੀ ਕਰਦੇ ਹਾਂ। ਦੇਖੋ ਮੰਤਰੀ ਫੜਿਆ ਹੁਸ਼ਿਆਰਪੁਰ ਵਾਲਾ, ਉਹਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ, ਤੁਹਾਡੇ ਘਰੇ ਕਿਸੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ? ਨੋਟ ਹੀ ਹੈ ਨਹੀਂ, ਮਸ਼ੀਨ ਕਿੱਥੋਂ ਹੋਊਗੀ? ਉਹ ਕਾਂਗਰਸ ਦਾ ਹੱਥ ਜਿਹੜਾ ਹੁਣ ਚਪੇੜਾ ਬਣ ਗਿਆ, ਉਹ ਤਾਂ ਆਪ ਆਪਸ ਚ ਲੜੀ ਫਿਰਦੇ ਨੇ। ਆ ਦੇਖੋ ਤੁਸੀਂ ਤਾਂ ਅੱਜ ਹੁਣ ਕਿੰਨੀ ਭਾਰੀ ਗਿਣਤੀ ਜਿੱਥੇ ਆ ਗਏ ਪਿਆਰ ਕਰਦੇ ਹੋ। ਕਾਂਗਰਸ ਵਾਲੇ ਆਏ ਸੀ ਦਾਖਲ ਕਰਨ, ਕਾਂਗਰਸ ਇੱਕ ਬੱਸ ਸੀ, ਮੂੰਹ ਇੱਕ ਦੂਜੇ ਦਾ ਅੰਦਰ ਸੀ। ਜਲੰਧਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।